ਦੋ ਸਾਲਾਂ ਦੀ ਭਿਆਨਕ ਜ਼ਬਰਦਸਤ ਲੜਾਈ ਹੋਈ ਹੈ ਅਤੇ ਲੜਦੇ ਲੜਦੇ ਦੋਵੇਂ ਸਾਨ ਇੱਕ ਦੁਕਾਨ ਦੇ ਅੰਦਰ ਵੜ ਗਏ, ਜਿਸ ਤੋਂ ਬਾਅਦ ਅੰਦਰ ਤੋਂ ਲੜਕੀਆਂ ਨੂੰ ਇਹਨਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਦਰੜ ਦਿੱਤਾ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਲੜਕੀਆਂ ਜੋ ਨੇ ਉਹ ਜਦੋਂ ਫਰਸ਼ ਦੇ ਉੱਤੇ ਗਿਰਦੀਆਂ ਨੇ ਤਾਂ ਉਹਨਾਂ ਦੇ ਉੱਪਰ ਕਈ ਕੱਪੜੇ ਆ ਕੇ ਗਿਰਦੇ ਨੇ, ਜਿਸ ਤੋਂ ਬਾਅਦ ਇਹ ਸਾਨ ਜੋ ਹੈ ਉਹਨਾਂ ਲੜਕੀਆਂ ਨੂੰ ਦਰੜਦਾ ਹੋਇਆ ਕੱਪੜਿਆਂ ਦੇ ਵੀ ਉੱਪਰ ਚੜ ਜਾਂਦਾ, ਜਿਸ ਤੋਂ ਬਾਅਦ ਲੜਕੀਆਂ ਹੇਠਾਂ ਦਬੀਆਂ ਰਹਿੰਦੀਆਂ ਨੇ, ਚੀਕਾਂ ਮਾਰਦੀਆਂ ਨੇ, ਬਚਾਓ ਬਚਾਓ ਦੀਆਂ ਆਵਾਜ਼ਾਂ ਕਰਦੀਆਂ ਨੇ। ਜਿਸ ਤੋਂ ਬਾਅਦ ਦੇ ਵਿੱਚ ਦੁਕਾਨਦਾਰ ਜਦੋਂ ਮੌਕੇ ਦੇ ਉੱਤੇ ਪਹੁੰਚਦਾ ਹੈ ਤਾਂ ਡੰਡੇ ਦੀ ਮਦਦ ਦੇ ਨਾਲ ਇਹਨਾਂ ਸਾਨਾਂ ਨੂੰ ਬਾਹਰ ਕੱਢਦਾ ਹੈ ਅਤੇ ਵਾਲ ਵਾਲ ਦੋਵਾਂ ਲੜਕੀਆਂ ਦੀ ਜਾਨ ਬਚਾਈ ਗਈ ਹੈ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸਾਨ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੜਦੇ ਲੜਦੇ ਦੁਕਾਨ ਦੇ ਅੰਦਰ ਵੜੇ ਨੇ। ਹਾਲਾਂਕਿ ਦੁਕਾਨ ਦੇ ਅੰਦਰ ਵੜ ਕੇ ਵੀ ਉਹਨਾਂ ਦੀ ਬਸ ਨਹੀਂ ਹੋਈ, ਸਗੋਂ ਇੱਕ ਦੂਜੇ ਦੇ ਨਾਲ ਲੜਦੇ ਦਿਖਾਈ ਦਿੱਤੇ ਨੇ ਅਤੇ ਇਸ ਦੇ ਨਾਲ ਹੀ ਦੋ ਲੜਕੀਆਂ ਇੱਕ ਸਾਨ ਦੇ ਪਿੱਛੇ ਖੜੀਆਂ ਦਿਖਾਈ ਦੇ ਰਹੀਆਂ ਨੇ। ਹਾਲਾਂਕਿ ਜਦੋਂ ਇਹਨਾਂ ਸਾਨਾਂ ਦੇ ਵੱਲੋਂ ਲੜਾਈ ਕਰੀ ਜਾਂਦੀ ਹੈ ਤਾਂ ਉਸ ਸਮੇਂ ਇਹ ਦੋਵੇਂ ਲੜਕੀਆਂ ਜੋ ਨੇ ਉਹ ਫਰਸ਼ ਦੇ ਉੱਤੇ ਡਿੱਗ ਜਾਂਦੀਆਂ ਨੇ ਅਤੇ ਸਾਨ ਜੋ ਹੈ ਇਹਨਾਂ ਦੇ ਉੱਪਰੋਂ ਦੀ ਹੁੰਦਾ ਹੋਇਆ ਕੱਪੜਿਆਂ ਦੇ ਉੱਤੇ ਚੜ ਜਾਂਦਾ, ਜਿਸ ਤੋਂ ਬਾਅਦ ਦੁਕਾਨ ਦਾ ਡੰਡਾ ਲੈ ਕੇ ਆਉਂਦਾ ਅਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੋਵਾਂ ਸਾਨਾਂ ਨੂੰ ਬਾਹਰ ਕੱਢਿਆ ਜਾਂਦਾ। ਤਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਵੀਡੀਓ ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਦੱਸੀ ਜਾ ਰਹੀ ਹੈ। ਦੋ ਸਾਲਾਂ ਦੀ ਭਿਆਨਕ ਜ਼ਬਰਦਸਤ ਲੜਾਈ ਹੋਈ ਹੈ ਅਤੇ ਲੜਦੇ ਲੜਦੇ ਦੋਵੇਂ ਸਾਨ ਇੱਕ ਦੁਕਾਨ ਦੇ ਅੰਦਰ ਵੜ ਗਏ, ਜਿਸ ਤੋਂ ਬਾਅਦ ਅੰਦਰ ਤੋਂ ਲੜਕੀਆਂ ਨੂੰ ਇਹਨਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਦਰੜ ਦਿੱਤਾ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਲੜਕੀਆਂ ਜੋ ਨੇ ਉਹ ਜਦੋਂ ਫਰਸ਼ ਦੇ ਉੱਤੇ ਗਿਰਦੀਆਂ ਨੇ ਤਾਂ ਉਹਨਾਂ ਦੇ ਉੱਪਰ ਕਈ ਕੱਪੜੇ ਆ ਕੇ ਗਿਰਦੇ ਨੇ, ਜਿਸ ਤੋਂ ਬਾਅਦ ਇਹ ਸਾਨ ਜੋ ਹੈ ਉਹਨਾਂ ਲੜਕੀਆਂ ਨੂੰ ਦਰੜਦਾ ਹੋਇਆ ਕੱਪੜਿਆਂ ਦੇ ਵੀ ਉੱਪਰ ਚੜ ਜਾਂਦਾ, ਜਿਸ ਤੋਂ ਬਾਅਦ ਲੜਕੀਆਂ ਹੇਠਾਂ ਦਬੀਆਂ ਰਹਿੰਦੀਆਂ ਨੇ, ਚੀਕਾਂ ਮਾਰਦੀਆਂ ਨੇ, ਬਚਾਓ ਬਚਾਓ ਦੀਆਂ ਆਵਾਜ਼ਾਂ ਕਰਦੀਆਂ ਨੇ। ਜਿਸ ਤੋਂ ਬਾਅਦ ਦੇ ਵਿੱਚ ਦੁਕਾਨਦਾਰ ਜਦੋਂ ਮੌਕੇ ਦੇ ਉੱਤੇ ਪਹੁੰਚਦਾ ਹੈ ਤਾਂ ਡੰਡੇ ਦੀ ਮਦਦ ਦੇ ਨਾਲ ਇਹਨਾਂ ਸਾਨਾਂ ਨੂੰ ਬਾਹਰ ਕੱਢਦਾ ਹੈ ਅਤੇ ਵਾਲ ਵਾਲ ਦੋਵਾਂ ਲੜਕੀਆਂ ਦੀ ਜਾਨ ਬਚਾਈ ਗਈ ਹੈ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸਾਨ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੜਦੇ ਲੜਦੇ ਦੁਕਾਨ ਦੇ ਅੰਦਰ ਵੜੇ ਨੇ। ਹਾਲਾਂਕਿ ਦੁਕਾਨ ਦੇ ਅੰਦਰ ਵੜ ਕੇ ਵੀ ਉਹਨਾਂ ਦੀ ਬਸ ਨਹੀਂ ਹੋਈ, ਸਗੋਂ ਇੱਕ ਦੂਜੇ ਦੇ ਨਾਲ ਲੜਦੇ ਦਿਖਾਈ ਦਿੱਤੇ ਨੇ ਅਤੇ ਇਸ ਦੇ ਨਾਲ ਹੀ ਦੋ ਲੜਕੀਆਂ ਇੱਕ ਸਾਨ ਦੇ ਪਿੱਛੇ ਖੜੀਆਂ ਦਿਖਾਈ ਦੇ ਰਹੀਆਂ ਨੇ। ਹਾਲਾਂਕਿ ਜਦੋਂ ਇਹਨਾਂ ਸਾਨਾਂ ਦੇ ਵੱਲੋਂ ਲੜਾਈ ਕਰੀ ਜਾਂਦੀ ਹੈ ਤਾਂ ਉਸ ਸਮੇਂ ਇਹ ਦੋਵੇਂ ਲੜਕੀਆਂ ਜੋ ਨੇ ਉਹ ਫਰਸ਼ ਦੇ ਉੱਤੇ ਡਿੱਗ ਜਾਂਦੀਆਂ ਨੇ ਅਤੇ ਸਾਨ ਜੋ ਹੈ ਇਹਨਾਂ ਦੇ ਉੱਪਰੋਂ ਦੀ ਹੁੰਦਾ ਹੋਇਆ ਕੱਪੜਿਆਂ ਦੇ ਉੱਤੇ ਚੜ ਜਾਂਦਾ, ਜਿਸ ਤੋਂ ਬਾਅਦ ਦੁਕਾਨ ਦਾ ਡੰਡਾ ਲੈ ਕੇ ਆਉਂਦਾ ਅਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੋਵਾਂ ਸਾਨਾਂ ਨੂੰ ਬਾਹਰ ਕੱਢਿਆ ਜਾਂਦਾ। ਤਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਵੀਡੀਓ ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਦੱਸੀ ਜਾ ਰਹੀ ਹੈ।